बरनाला फरीदकोट रस्ते ते ड्रेन दे पुल उते एक मारुति कार दा एक्सीडेंट हो गया जिस विच इक नाबालिग कुड़ी दी मौके उते ही मौत हो गई जदों की कार सवार पति पत्नी विचो पति अमनदीप सिंह जो कि पंजाब पुलिस विच अधिकारी हन ओ गंभीर रूप विच जख्मी हो गए। इस मामले विच ज्यादा जानकारी देंदे हुए 108 एंबूलेंस दे अधिकारी ते ड्राइवर ने दस्सिया कि हादसा देर रात होया अते हादसा ग्रस्त कार सवार दे शरीर विच पुल दी रैलिंग करीब 20 फुट तक गुजर गई जिस नूं मौके ते कटर दी सहायता नाल रेलिंग नूं कट के उसदे शरीर ਕੱਢਿਆ ਗਿਆ ਅਤੇ ਉਸਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਸਰ ਸਾਨੂੰ ਕਰੀਬ ਰਾਤ 9:30 ਵਜੇ ਕਾਲ ਆਈ ਜੀ 108 ਵੱਲੋਂ ਤੇ ਵੀ ਆਪਣਾ ਬਾਜਾਖਾਨਾ ਰੋਡ ਤੇ ਪੁਲ ਦੇ ਟ੍ਰੇਨ ਦਾ ਪੁਲ ਜਿਹੜਾ ਜੀ ਉੱਥੇ ਐਕਸੀਡੈਂਟ ਹੋਇਆ ਗਾ। ਮਰੂਤੀ ਕਾਰ ਉੱਥੇ ਸੀਨ ਤੇ ਜਾ ਕੇ ਦੇਖਿਆ ਜੀ, ਮਰੂਤੀ ਕਾਰ ਰੇਲਿੰਗ ਦੇ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਸੀ ਤੇ ਉਹਦੇ ਵਿੱਚ 3 ਪੇਸ਼ੈਂਟ ਸੀ ਜੀ। ਠੀਕ ਹੈ ਜੀ। ਅਤੇ ਸਰ ਇੱਕ ਦਾ ਲੜਕੀ ਦਾ ਮੌਕੇ 'ਤੇ ਡੈਥ ਹੋ ਚੁੱਕੀ ਸੀ ਅਤੇ ਇੱਕ ਜਿਹੜਾ ਗੱਡੀ ਚਲਾ ਰਿਹਾ ਸੀ ਚਾਲਕ ਜੀ ਉਹਦੇ ਰੇਲਿੰਗ ਮੋਢੇ ਵੇ ਦੀ ਕਰੀਬ 20 ਫੁੱਟ ਦੇ ਗਾਹਾਂ ਲੰਘ ਚੁੱਕੀ ਸੀ। ਅਤੇ ਉਹ 'ਚ ਇੰਜਰਡ ਕਿੰਨੇ ਹੋਏ ਜੀ? ਉਹਦੇ ਵਿੱਚ ਸਰ 2 ਇੰਜਰਡ ਸੀ ਅਤੇ ਉਹਨਾਂ ਨੂੰ ਲਿਆ ਕੇ ਜੀ ਹਸਪਿਟਲ ਦਾਖਲ ਕਰਵਾਇਆ ਅਤੇ ਇੱਥੋਂ ਨਾਲ ਦੀ ਨਾਲ ਉਹਨਾਂ ਦੇ ਗੰਭੀਰ ਹਾਲਤ ਦੇਖਦੇ ਹੋਏ DMC ਰੈਫਰ ਕਰਤਾ ਜੀ। ਸੀ 108 ਤੋਂ 108 ਦੇ ਥਰੂ ਜੀ ਸਾਨੂੰ ਕਾਲ ਆਈ, ਐਂ ਕਰਕੇ ਇੱਥੇ ਬਾਜਾਖਾਨਾ ਰੋਡ 'ਤੇ ਡਰੇਨ 'ਤੇ ਐਕਸੀਡੈਂਟ ਹੋ ਚੁੱਕਿਆ, ਐਂ ਕਰਕੇ ਮਰੂਤੀ ਕਾਰ ਸੀ ਸਰ। ਅਸੀਂ ਤੋਂ ਫਾਸਟ ਵਾਰ ਗੱਡੀ ਲੈ ਕੇ ਉੱਥੇ ਜਲਦੀ ਜਲਦੀ ਪਹੁੰਚੇ ਸਰ। ਤਕਰੀਬਨ ਲੋਕ ਬਹੁਤ ਜੁੜ ਚੁੱਕੇ ਸੀ ਸਰ ਉੱਥੇ। ਜੋ ਅਸੀਂ ਜਾ ਕੇ ਦੇਖਿਆ ਸਰ, ਡਰਾਈਵਰ ਸਾਈਡ ਦੇ ਬੈਕ ਸਾਈਡ ਇੱਕ ਲੜਕੀ ਬੈਠੀ ਸੀ, ਡਰਾਈਵਰ ਸਾਈਡ ਵਾਲੀ ਸਾਈਡ ਗੱਡੀ ਵੱਜੀ ਆ, ਰੋਂਗ ਸਾਈਡ ਗੱਡੀ ਵੱਜੀ, ਮਰੂਤੀ ਗੱਡੀ ਸੀ। ਇੱਕ ਸਾਈਡ 'ਤੇ ਸੀ ਕਿ ਲੇਡੀਜ਼, ਉਹ ਤਾਂ ਸਹੀ ਸਲਾਮ ਸੀ, ਇੱਕ ਬੈਕ ਸਾਈਡ ਲੜਕੀ ਬੈਠੀ ਡਰਾਈਵਰ ਸਾਈਡ, ਉਹਦੀ ਤਾਂ ਮੌਕੇ 'ਤੇ ਮੌਤ ਹੋ ਗਈ। ਜਿਹੜੀ ਡਰਾਈਵਰ ਸਾਈਡ ਬੰਦਾ ਗੱਡੀ ਚਲਾ ਰਿਹਾ ਸੀ ਸਰ, ਉਸ 'ਤੇ ਰਾਈਟ ਸਾਈਡ ਇੱਕ ਸਾਈਡ ਤੋਂ ਗਾਡਰ ਲੰਘਦਾ ਹੋਇਆ, ਤਕਰੀਬਨ ਕਾਫੀ ਲੰਮੀ ਵਾਟ 8-7 ਪੱਤੀਆਂ ਲੰਘ ਚੁੱਕਿਆ ਸੀ ਗਾਡਰ। ਫਿਰ ਉੱਥੇ ਮੌਕੇ 'ਤੇ ਪੁਲਿਸ ਆਈ, ਉਹਨਾਂ ਨੇ ਤਕਰੀਬਨ ਉੱਥੇ ਕਟਰ ਵਾਲਾ ਮੰਗਾਇਆ, JCB ਮਸ਼ੀਨ ਆਈ, ਉਹ ਕਟਰ ਦੇ ਨਾਲ ਗਾਡਰ ਵੱਢ ਕੇ ਉਸ ਨੂੰ ਇੱਥੇ ਸਰਕਾਰੀ ਆਪਣੇ ਬਰਨਾਲਾ ਸਿਵਲ ਹਸਪਤਾਲ ਪਹੁੰਚਾਇਆ। ਉਸ ਨੂੰ ਡਾਕਟਰ ਨੇ ਉੱਥੇ ਇਹਦਾ ਇਲਾਜ ਕੀਤਾ। ਜ਼ਿਆਦਾ ਸੀਰੀਅਸ ਹੋਣ ਕਾਰਨ ਉਸ ਨੂੰ ਆਪਣਾ ਲੁਧਿਆਣੇ DMC ਰੈਫਰ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਅਮਨਦੀਪ ਸਿੰਘ ਇੱਕ ਵਿਆਹ ਦੇ ਸਮਾਰੋਹ ਤੋਂ ਵਾਪਸ ਬਰਨਾਲਾ ਆ ਰਹੇ ਸੀ। ਡਰੇਨ ਦੇ ਪੁਲ ਦੇ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਦੇ ਨਾਲ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਹਾਦਸਾ ਹੋ ਗਿਆ। ਉਹਨਾਂ ਦੱਸਿਆ ਕਿ ਅਮਨਦੀਪ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਉੱਤੇ ਅਣਪਛਾਤੇ ਵਾਹਨ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਹਿੰਮਤਪੁਰਾ ਪਿੰਡ ਤੋਂ ਵਿਆਹ ਸਮਾਗਮ ਤੋਂ ਬਰਨਾਲੇ ਦੇ ਰਹਿਣ ਵਾਲੇ ਸੀ ਅਮਨਦੀਪ ਸਿੰਘ। ਉਹ ਆਪਣੇ ਪਰਿਵਾਰ ਸਮੇਤ ਵਾਪਸ ਆ ਰਿਹਾ ਸੀ ਵਿਆਹ ਤੋਂ, ਅਤੇ ਜਦੋਂ 9:30 ਵਜੇ ਦੇ ਕਰੀਬ ਪੁਲ ਡਰੇਨ ਦੇ ਕੋਲ ਆਏ ਜਦੋਂ ਇਹ, ਤਾਂ ਕਿਸੇ ਨਾਮ ਨੂੰ ਵਹੀਕਲ ਨੇ ਇਹਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਹਦੇ ਕਰਕੇ ਗੱਡੀ ਇਹਨਾਂ ਦੀ ਬੇਕਾਬੂ ਹੋ ਕੇ ਜਿਹੜੀ ਬ੍ਰਿਜ ਦੇ ਉੱਪਰ ਰੇਲਿੰਗ ਲੱਗੀ ਹੋਈ ਹੈ ਉਹਦੇ ਵਿੱਚ ਜਾ ਵੱਜੀ, ਜਿਹਦੇ ਨਾਲ ਰੇਲਿੰਗ ਦਾ ਜਿਹੜਾ ਹੈਗਾ ਸੀ ਕੁਛ ਪਾਰਟ ਗੱਡੀ ਦੇ ਵਿੱਚ ਆ ਗਿਆ, ਜਿਹਦੇ ਨਾਲ ਇਹ ਲੜਕਾ ਅਮਨਦੀਪ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਔਰ ਇਹਦੀ ਬੇਟੀ ਹੈ ਜਿਹੜੀ ਬਲਜੋਤ ਕੌਰ, 10-11 ਸਾਲ ਦੀ ਉਮਰ ਹੈ ਇਹਦੀ, ਇਹ ਲੜਕੀ ਦੀ ਡੈਥ ਹੋ ਗਈ ਮੌਕੇ 'ਤੇ। ਅਤੇ ਜਿਹੜਾ ਅਮਨਦੀਪ ਸਿੰਘ ਹੈ ਇਹਨੂੰ ਇਲਾਜ ਲਈ DMC ਲੁਧਿਆਣਾ ਦਾਖਲ ਕਰਾਇਆ ਗਿਆ, ਅਤੇ ਅਸੀਂ ਨਾਮਲੂਮ ਵਹੀਕਲ ਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ। ਇਹ ਜਿਹੜੇ ਮਰੂਤੀ ਕਾਰ ਨੰਬਰ PB19 ਸੀ, 3972 ਸੀ, ਜਿਹਨੂੰ ਇਹ ਅਮਨਦੀਪ ਸਿੰਘ ਡਰਾਈਵਿੰਗ ਕਰ ਰਿਹਾ ਸੀ। ਅਸੀਂ ਇਹਦੀ ਵਾਈਫ ਪਿੰਦਰਜੀਤ ਕੌਰ ਦੇ ਬਿਆਨ ਦੇ ਆਧਾਰ 'ਤੇ ਨਾਮਲੂਮ ਵਹੀਕਲ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਜਿਹੜਾ ਉਹ ਲੜਕੀ ਦਾ ਪੋਸਟਮਾਰਟਮ ਕਰਵਾ ਰਹੇ ਹਾਂ, FIR ਦਰਜ ਕਰ ਦਿੱਤੀ ਹੈ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।